45,000 रुपया एक गड्डी बेचारी है मेनू। अच्छा। तो मेरा दिमाग खराब है, 10 व्हीलर लेके अपने फाइल लानी है। एक घर की गड्डी हो के असी बेचीए तो फिर वड्डी लईए, इन्ना कर्जा लईए कदे वास्ते करिए अपने। वो बेवकूफ है जिहड़ा बंदा इन्ने पैसे लै अपनी गड्डी घर की वेच के बैड होल्ड वेच के अज तो ले ली इन्हें बड़े शौक नाल। मैं 10 व्हीलर लैनी नहीं गी, 11वीं दी 12वीं नूं पता लगदा। अल्लाह दा शुक्र है नवे टायर ने गड्डी थले कोई परवाह नहीं गी। 10 व्हीलर तो थले केरी तो थले नवे ने। कोई चार कोई किसे दे कोल चुक लिया दे, दो किसे कोल चुक ले टायर पाए ने अगले ने। 10 व्हीलर थले तो पाटे पूटे भी पाए होते, टक वाले पाए होते। बचपन ही गवा लिया यार। मास्टर मारिया वट्टा दे लार पे होने का कहता ही बेवा तेरे लिए नहीं पास ही दे रही। अच्छा। मैं उन्हें वटा मारता पाज गया स्कूल। अच्छा। दोबारा गया ही नहीं स्कूल। किन्नी केड़ी जमा चुके है वो दूसरी चुई पाज गया से। दूसरी चुई पाज गया ते गया किन्नी देर सी, साल दो साल किन्नी देर? भाई यही 2 साल गया पर बस जो। अच्छा। आया ठीक है, नहीं तो ना से ਡਰਾਈਵਰੀ ਕਰ ਲਈ। ਡਰਾਈਵਰੀ ਦਾ ਹੁਣ ਸ਼ੌਂਕ ਪੂਰਾ ਹੋ ਗਿਆ, ਆਪਣੀ ਰੱਬ ਨੇ ਦੇਤੀ ਤੇ ਆਪਣੀ ਚਲਾ ਰਹੇ। ਆਪਣੀ ਚਲਾ ਰਹੇ ਹੋ? ਕਿੰਨੀ ਦੇਰ ਤੋਂ ਆਪਣੀ ਗੱਡੀ ਤੁਹਾਡੇ ਕੋਲ? ਪਹਿਲੇ ਵੀ ਗੱਡੀਆਂ ਸੀ? ਅੱਗੇ ਆਇਆ ਸੀ ਆਪਣੀਆਂ ਹੀ ਨਹੀਂ ਸਾਰੀਆਂ। ਅੱਛਾ। ਇਸ ਗੱਡੀ ਨੂੰ ਲਈ ਕਿੰਨੀ ਦੇਰ ਹੋ ਗਈ? ਇਹਨੂੰ 4 ਸਾਲ ਹੋ ਚੱਲੇ ਨੇ। 4 ਸਾਲ ਹੋ ਗਏ ਨੇ। ਇਸ ਤੋਂ ਪਹਿਲੇ ਕੀ ਕਰਦੇ ਉਸਤਾਦ ਜੀ? ਉਦੋਂ ਮੈਂ ਮਜ਼ਦਾ ਚਲਾਉਂਦਾ ਸੀ। ਮਜ਼ਦਾ ਆਪਣਾ ਸੀ? ਨਹੀਂ ਯਾਰ, ਕਿਸੇ ਦਾ ਸੀ। ਕਿਸੇ ਦਾ ਚਲਾਈਦਾ ਸੀ। ਅੱਛਾ। ਬੜਾ ਤਾਂ ਕਿਸੇ ਨੇ ਵੀ ਇਹ ਨਹੀਂ ਆਖਿਆ ਤੂੰ ਬੰਦਾ ਗਲਤ ਹੈ। ਅੱਛਾ। ਅੱਲਾਹ ਦੇ ਹੁਕਮ ਨਾਲ ਕਦੀ ਕਿਸੇ ਨੇ ਮੇਰੇ ਤੋਂ ਹਿਸਾਬ ਹੀ ਨਹੀਂ ਲਿਆ। छे साल जिन्हां दा चलाया ना उन्हूं मैं हुण फोन करा ना हुण आ जांदे ने मेरे कोल। ਜਿੱਥੋਂ ਮਰਜ਼ੀ ਹੋਣ, ਇੱਕ ਵਾਰੀ ਕਹਿ ਦਿੱਤੀ ਗੱਲ ਆਹ ਗੱਲ ਹੈ, ਉਹਨਾਂ ਨੇ ਬਾਬਾ ਜੀ ਕਹਾ ਤੇ ਮੇਰੇ ਕੋਲ ਹੋਣਾ। ਤੇ ਬਾਬਾ ਜੀ ਇਹਦਾ ਮਤਲਬ ਹੈ ਤੁਸੀਂ ਇਹ ਫਿਰ ਗੱਡੀ ਜਿਹੜੀ ਬਣਾਈ ਫਿਰ ਬੇਈਮਾਨੀ ਕਰਕੇ ਬਣਾਈ? ਨਹੀਂ, ਇਮਾਨਦਾਰੀ ਨਾਲ ਹੱਕ ਲਾ ਦੇ ਪੈਸੇ ਨੇ। ਅੱਛਾ। ਬੇਈਮਾਨੀ ਕੋਈ ਨਹੀਂ ਜੀ, ਬਿਲਕੁਲ ਸੱਚੀ ਗੱਲ। ਹਾਂ, ਕਮੇਟੀ 10,000 ਰੁਪਇਆ ਮਿਲਦੀ ਸੀ ਤਨਖਾਹ, ਉਹ ਕਮੇਟੀ ਪਾਈ ਸੀ। ਆਪਣੀ ਮਜ਼ਦੂਰੀ ਕੀਤੀ ਜਿੱਥੇ ਹੁੰਦਾ ਸੀ। ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ ਦੋਵਾਂ ਪਿਓ ਪੁੱਤਰਾਂ ਨੂੰ। ਉਹਨਾਂ ਵਰਗਾ ਬੰਦਾ ਹੀ ਕੋਈ ਨੀ ਗਾ ਸੀ। ਅੰਮ੍ਰਿਤਸਰ ਦੂਜੇ ਸਿੱਧੀ ਜਿਹੜੀ ਗੱਲ ਉਹਨਾਂ ਦੀ ਨੌਕਰੀ ਕੀਤੀ ਹੈ ਤੇ ਟਿਕਟ ਕੀਤੀ ਹੈ, ਨਾ ਹੀ ਕਦੀ ਉਹਨਾਂ ਨੇ ਮੈਨੂੰ ਪੁੱਛਿਆ ਕੀ ਕਰਕੇ ਆਇਆ ਕੀ ਨਹੀਂ। ਤੁਹਾਡੇ ਕੋਲ ਉਸਤਾਦ ਜਿਹੜੀ ਗੱਡੀ ਹੈਗੀ ਕਿਹੜਾ ਮਾਡਲ ਹੈ? ਇਹ 85 ਮਾਡਲ ਹੋਇਆ। ਉਸਤਾਦ ਜੀ ਕਿਹੜੀ ਗੱਡੀ ਆਪਣੇ ਕੋਲ ਇਹ ਗੱਡੀ ਕਿਹੜੀ ਹੈਗੀ ਹੁਣ? 85 ਮਾਡਲ 85 ਮਾਡਲ ਹੈਗੀ। ਹਾਂ। ਗੱਡੀ ਕਿਹੜੀ, ਕੀ ਨਾਮ ਗੱਡੀ ਦਾ? ਬੈਡਫੋਰਡ ਹੈ ਗੱਡੀ। ਹਾਂ। ਕਿੰਨਾ ਮਾਲ ਪਾਉਂਦੇ ਹੋ ਗੱਡੀ ਦੇ? ਮਾਲ ਪਾ ਲੈਣੇ ਕੋਈ 8 ਸਾਈਕਲ, ਜਿੰਨਾ ਵੀ ਪੈ ਜਾਓ ਉੱਤੋਂ ਬਾਡੀ ਤੱਕ ਭਰ ਦਈਦੀ ਹੈ। ਬਾਡੀ ਤੱਕ ਭਰੇ ਦੇ? ਆਹੋ, ਬਾਡੀ ਤੋਂ ਉੱਚਾ ਨਿਕਲ ਜਾਂਦਾ ਮਾਲ। ਤੁਹਾਡੀ ਗੱਡੀ ਇੰਨੀ ਤਾਕਤਵਰ ਹੈਗੀ ਹੈ? ਅੱਲਾ ਦਾ ਸ਼ੁਕਰ ਹੈ ਯਾਰ, ਸਾਰੀ ਚੀਜ਼ਾਂ ਤੇ ਸਹੀ ਨੇ। ਕਿਹੜੀ ਹੈ, ਜਾਪਾਨੀ ਗੱਡੀ ਹੈ? ਜਾਪਾਨੀ ਕਹਿੰਦੀ ਹੈ, ਬੈਡਫੋਰਡ ਹੀ ਜੈਨੀਅਨ ਗੱਡੀ ਹੈ। ਬੈਡਫੋਰਡ ਜਿੱਥੇ ਵੱਡੇ ਨੇ। ਇੰਜਣ ਕਿਹੜਾ? ਇੰਜਣ ਸਟੈਂਡਰਡ ਤੇ ਬੈਡਫੋਰਡ ਦਾ। ਸਟੈਂਡਰਡ ਦਾ ਗੇਅਰ ਕਿਹੜਾ? ਆਹ ਗੇਅਰ ਮਰਸਰੀ ਦਾ ਗੇਅਰ ਮਾਰਦਾ ਤੇ ਟੂਬ ਕਿਹੜੀ? ਨਿਸ਼ਾਨ ਦੀ ਟੂਬ ਹੈ ਤੇ ਰਿਮ ਚੰਗੇ ਨੇ। ਚਾਈਨਾ ਦੇ ਤੇ ਟਾਇਰ ਨਵੇਂ ਨੇ।
ਕਿਹੜੇ ਟਾਇਰ ਨੇ? 205 ਵਾਲੇ। 205 ਹਰ ਬੰਦਾ ਹੀ 205 ਪਾਉਂਦਾ ਸਾਜੀ। ਹਾਂ ਬਸ ਇਹੀ ਪਾਈਦੇ ਨੇ, ਅਸੀਂ ਤਾਂ ਸ਼ੁਰੂ ਤੋਂ ਇਹੀ ਪਾ ਰਹੇ ਜਦੋਂ ਦੀ ਗੱਡੀ ਲਈ। ਅੱਛਾ ਤੇ ਇਹ ਜਦੋਂ ਬਜਰੀ ਤੁਸੀਂ ਲੋਡ ਕਰਦੇ ਹੈਗੇ ਕਿੰਨੀ ਹੁੰਦੀ ਗੱਡੀ ਦੇ ਵਿੱਚ? ਬਾਡੀ ਤਾਂ ਉੱਤੇ ਹੁੰਦੀ? ਹਾਂ ਬਾਡੀ ਤਾਂ ਉੱਚੀ ਹੋ ਜਾਂਦੀ ਹੈ, 8.5 ਹੋ ਜਾਂਦੀ ਹੈ। ਸਾਡੇ ਲਾਹੌਰ ਜਾ ਕੇ 8.5 ਹੋ ਜਾਂਦੀ, ਇੰਨੀ ਪਮੈਸ਼ ਹੁੰਦੀ ਇਹਦੀ। ਹਾਂ ਅੱਠ ਵੀ ਨਿਕਲ ਜਾਂਦੀ, 8.5 ਵੀ ਨਿਕਲ ਜਾਂਦੀ ਹੈ ਜਿੰਨਾ ਮਾਲ ਨਿਕਲ ਜਾਵੇ। ਇੱਥੋਂ ਤੁਸੀਂ ਪਮੈਸ਼ ਕਰਕੇ ਲੋਡ ਕਰਦੇ? ਨਹੀਂ ਇੱਥੇ ਪਮੈਸ਼ ਨਹੀਂ ਕਰਦੇ, ਸੈਂਕੜੇ ਕਰਦੇ ਨੇ। ਮਤਲਬ ਉਹਨਾਂ ਦੇ ਜ਼ੇਨ ਚ 5 ਸੈਂਕੜੇ ਹੁੰਦੀ? ਆਹੋ ਤੇ ਤੁਹਾਡੀ 8.5 ਹੋ ਜਾਂਦੀ? ਹਾਂ 8.5 ਇਹ ਦੋਸਤ ਆ ਜੀ, ਫਿਰ ਤੁਹਾਡਾ ਪੈਕੇਜ ਲੱਗਾ ਮੁਫਤ ਦੇ? ਬਸ ਅੱਲਾ ਦਾ ਸ਼ੁਕਰ ਹੈ ਯਾਰ, ਜੋ ਵੀ ਲੱਗਾ ਸਾਰੀ ਦੁਨੀਆ ਦੇ ਨਾਲ ਚੱਲਦਾ। ਤੁਸੀਂ ਹੱਸ ਕੇ ਹੁਣ ਕਹਿ ਰਹੇ ਹੋ ਤੇ ਜਦੋਂ ਤੇ ਮਸ਼ੀਨਾਂ ਤੇ ਹੁੰਦੇ ਉਦੋਂ ਤੁਸੀਂ ਕਹਿੰਦੇ ਹੋ ਉਹ ਟੱਪਾ ਪਾ ਦਿਓ ਜੀ ਮਰ ਗਿਆ। ਉਹ ਤੇ ਫਿਰ ਕਹਿਣਾ ਪੈਂਦਾ, ਕੀ ਕਰੀਏ ਮਜਬੂਰੀ ਹੁੰਦੀ ਹੈ। ਅੱਛਾ ਗੱਡੀ ਦੀ ਬਾਡੀ ਤੇ ਭਰਦੀ ਹੁੰਦੀ ਹੈ ਨਾ। ਅੱਛਾ ਹੁਣ ਕਹਿੰਦੇ ਐ ਨਹੀਂ ਲੱਗ ਝੁਗਾ ਹੀ ਪਾ ਦਿਆ ਕਰੋ ਯਾਰ, ਫੇਰ ਭਰਦੀ ਤੁਹਾਡੀ ਪਾ ਦੋਗੇ? ਬਾਜਦਾ ਕੁਛ ਨਹੀਂ ਹੈਗਾ। ਆਹੋ ਅੱਛਾ ਕੋਈ ਝੁਗਾ ਪਾਓਗੇ ਤਾਂ ਸਾਡਾ ਕੋਈ ਬਣਨਾ? ਅੱਛਾ ਇਹੀ ਹੁੰਦਾ ਹੋਣ ਗਿਆ ਸੀ ਇਹਦਾ। 5 ਦੇ ਤੁਹਾਨੂੰ ਪੈ ਦੇ ਰਹੇ, ਚਲੋ 5.5 ਹੋ ਜਾਏਗੀ। ਹਾਂ ਅੱਛਾ ਅਸੀਂ ਤੇ ਇਹੀ ਕਹਿੰਦੇ ਚਲੋ 5.5 ਹੋ ਜਾਵੇ। ਅੱਛਾ ਇੱਥੋਂ ਦੇ ਚਲੋ ਅੱਗੇ ਜਾ ਕੇ ਫਿਰ ਸਾਡੀ ਆਪਣੀ ਕਿਸਮਤ ਹੈ, ਜਿੰਨਾ ਵੀ ਰੱਬ ਮਾਲ ਬਣਾ ਦਿੰਦਾ। ਕਿਸਮਤ ਕੋਈ 8 ਕਿ ਸੈਂਕੜੇ ਤੇ ਨਿਕਲ ਜਾਂਦੀ ਹੈ ਗੱਡੀ, 8.5 ਵੀ ਨਿਕਲ ਜਾਂਦੀ ਹੈ। 3.5 ਸੈਂਕੜੇ ਤੁਸੀਂ ਫਾਲਤੂ ਲੈ ਆਉਂਦੇ ਹੋ, ਦੇ ਮਤਲਬ ਕਿ ਪੈਕੇਜ ਹੀ ਲੱਗਾ। ਪੈਕੇਜ ਹੀ ਲੱਗਾ ਹੋਰ ਕੀ ਹੈ, ਰੱਬ ਦਾ ਸ਼ੁਕਰ। ਮਸ਼ੀਨਾਂ ਤੁਸੀਂ ਰੋਣ ਲੱਗ ਪੈਂਦੇ ਜਾ? ਮਸ਼ੀਨਾਂ ਤੇ ਫਿਰ ਰੋਣਾ ਪੈਂਦਾ ਹੈ, ਮਸ਼ੀਨਾਂ ਦੇ ਅੱਗੇ ਰਹੀਏ ਤੇ ਸਾਡੀ ਗੱਡੀ ਚ ਇੱਡਲਾ ਪਾ ਲੈ ਤੇ ਉਹ ਕਿੱਥੇ ਦੇਣੇ ਨੇ। ਪਰ ਕਹਿੰਦੇ ਫਿਰ ਸੜੀਆਂ ਫੜੋ, ਸੜੀਆਂ ਮਾਰੀਏ। ਅੱਛਾ ਇਸ ਕਰਕੇ ਨਹੀਂ ਅਸੀਂ। ਲਾਹੌਰ ਕਿਵੇਂ ਤੁਸੀਂ ਵੇਚਦੇ? 5 ਸੈਂਟ ਦੇ ਪੈਸੇ ਲੈਂਦੇ ਹੋ ਲਾਹੌਰ? ਨਹੀਂ ਭਾਈ, ਉੱਥੇ ਜਾ ਕੇ ਜਿੰਨੀ ਪਮੈਸ਼ ਹੋ ਜੂਗੀ। ਪਮੈਸ਼ ਕਰਦੇ ਨੇ? ਪਮੈਸ਼ ਕਿਵੇਂ ਹੁੰਦੀ ਹੈ? ਪਮੈਸ਼ ਸਰੀਆ ਮਾਰਦੇ ਸੈਂਟਰ ਦੇ ਵਿੱਚ ਸਾਈਡ ਦੇ, ਕੋਈ 2 ਇੰਨਾ ਕੁ ਛੱਡ ਕੇ ਹੱਥ, ਕੋਈ 2 ਫੁੱਟ ਲਾ ਲਓ। ਅੱਛਾ ਫੁੱਟ ਦੇ ਹਿਸਾਬ ਨਾਲ ਪੈਸੇ ਲੈਂਦੇ ਤੁਹਾਨੂੰ ਫਿਰ? ਆ ਫਿਰ ਫੁੱਟਾਂ ਦੇ ਹਿਸਾਬ ਨਾਲ ਪੈਸੇ ਲੈਂਦੇ ਨੇ ਭਾਈ। ਇੱਥੇ ਤੁਸੀਂ ਮਤਲਬ ਬਾਗਟਾਂ ਦੇ ਹਿਸਾਬ ਨਾਲ ਲੈਂਦੇ, ਉੱਥੇ ਫੁੱਟਾਂ ਨਾਲ ਲਾ ਲਓ? ਹਾਂ ਉੱਥੇ ਫੁੱਟਾਂ ਨਾਲ, ਮਤਲਬ ਉਸਤਾਦ ਤੁਹਾਡੇ ਤੇ ਫਿਰ ਮੋਹ ਹੀ ਲੱਗੀ ਹੈ। ਅੱਲਾ ਦਾ ਸ਼ੁਕਰ ਹੈ, ਕੋਈ 4 ਪੈਸੇ ਬਚਣਗੇ ਤੇ ਸਾਨੂੰ ਅਸੀਂ ਅੱਗੇ ਹੀ ਦਵਾਂਗੇ ਨਾ ਕਿਸੇ ਦੇ ਲੈਣਾ ਤੇ। ਹਾਂ ਤੁਸੀਂ ਫਿਰ ਟਰਲੂ ਬਣਾ ਲਿਆ ਮਾਸ਼ਾਅੱਲਾ। ਹਾਂ ਅੱਲਾ ਦਾ ਸ਼ੁਕਰ ਹੈ, ਟਰਲੂ ਆਇਆ ਪੂਰਾ। ਅੱਛਾ ਤੇ ਉੱਥੇ ਜਿਹੜੇ ਅਗਲੇ ਖਾਲੀ ਕਰਾਉਂਦੇ ਨੇ ਉਹਨਾਂ ਨੂੰ ਤੁਸੀਂ ਕੀ ਦਿੰਦੇ ਹੋ? ਉਹਨਾਂ ਨੂੰ ਦੇ ਦੇਦਾ 2500 ਰੁਪਈਆ। 2500 ਰੁਪਈਆ ਕਮਿਸ਼ਨ ਦੇ ਦੀ ਹੈ? ਨਹੀਂ, ਹਾਂ ਕਮਿਸ਼ਨ ਵੱਖਰੀ, ਮਜ਼ਦੂਰੀ ਵੱਖਰੀ। ਅੱਛਾ ਕਮਿਸ਼ਨ ਤੇ ਲੈਂਦੇ ਨੇ ਅਗਲੇ 1500 ਰੁਪਈਆ। 1500 ਰੁਪਈਆ? ਆਹੋ। ਤੇ ਅੱਡੇ ਵਾਲੇ ਕਿੱਥੇ ਲਵਾਉਂਦੇ ਨੇ? ਅੱਡੇ ਵਾਲੇ ਡਿਫੈਂਸ ਘੱਲ ਦਿੰਦੇ ਨੇ, ਜਾਓ ਡਿਫੈਂਸ ਲਾਓ, ਪਮੈਸ਼ ਕਰਦੇ ਨੇ ਅਗਲੇ, ਫੀਤਾ ਵਧਾ ਦਿੰਦੇ ਨੇ। ਫੀਤਾ ਵਧਾ ਦਿੰਦੇ? ਆਹੋ। ਉਹ ਕਿਵੇਂ ਫੀਤਾ ਕੀ ਚੀਜ਼ ਹੈ? ਇਹ ਲੰਬਾ ਹੁੰਦਾ? ਉਹ ਭਾਈ ਲੰਬਾ ਕਰ ਦਿੰਦੇ ਆ, ਅੰਗੂਠੇ ਲਾ ਕੇ ਤਾਲੂ ਕਰ ਦਿੰਦੇ ਨੇ। ਉਹ ਕਿਵੇਂ ਕਰਦੇ ਨੇ ਸਾਜੀ? ਉਹ ਯਾਰ ਉਹ ਸੜੀਆਂ ਖਿੱਚ ਲੈਂਦੇ ਨੇ। ਉਹ ਕਿੰਨੀ ਹੋ ਜਾਂਦੀ ਪਮੈਸ਼? ਉਹਨਾਂ ਦੀ 10 ਵੀ ਹੋ ਜਾਂਦੀ। ਮਾਲਕ ਨੂੰ ਕੀ ਪਤਾ, ਉੱਥੇ ਚੌਕੀਦਾਰ ਹੁੰਦੇ, ਚੌਕੀਦਾਰ ਪੈਸੇ ਦਿੰਦੇ ਨੇ ਅਗਲੇ, ਖਾਓ ਪੀਓ ਐਸ਼ ਲੁੱਟੋ। ਚੌਕੀਦਾਰ ਕਿੰਨੇ ਪੈਸੇ ਲੈਂਦਾ? ਅੱਧੇ ਪੈਸੇ ਲੈਂਦੇ ਨੇ? ਪੁੱਛਣ ਕੁਝ ਤਾਂ ਦਿੰਦੇ ਹੀ ਨੀ ਨਾ, ਉਹਨਾਂ ਦਾ ਵੀ ਮੂੰਹ ਬੰਦ ਕਰਨਾ ਪੈਂਦਾ। ਮਾਲਕ ਨੀ ਆਉਂਦਾ ਰਾਤ ਨੂੰ? ਮਾਲਕ ਘਰ ਪਿਆ ਹੁੰਦਾ। ਮਾਲਕ ਨੀ ਪਤਾ ਹੁੰਦਾ? ਨਹੀਂ ਮਾਲਕ ਨੂੰ ਕੀ ਪਤਾ, ਮਾਲਕ ਨੂੰ ਤੇ ਜੋ ਦੱਸਦਾ ਉਹੀ ਹੋਣਾ। ਜਿਹੜੇ ਕੱਦ ਪੈਕ ਕਰੀ ਜਾਂਦੇ ਅਸੀਂ ਹੱਕ ਲਾ ਦੇ ਖਾਣਾ, ਜਿਹੜਾ ਆਪਣਾ ਜਿਹੜਾ ਬਣਦਾ ਹੱਕ ਲਾ ਲਈ, 2-2.5 ਸੈਂਟ ਬਜਰੀ, 3 ਸੈਂਟ ਵੱਜ ਜਾਂਦੀ, ਉਹਨਾਂ ਦੇ ਹੱਕ ਲਾ ਨੀ ਗਾ? ਉਹ ਨਹੀਂ, ਉਹ ਉਹਨਾਂ ਦਾ ਹੋਰ ਹਿਸਾਬ, ਉਹ ਕਬਰ 'ਚ ਵੀ ਹਿਸਾਬ ਦੇਣਾ ਪੈਂਦਾ। ਪਰ ਕਬਰ ਦਾ ਕੀ ਤਲਕ ਹੈਗਾ? ਉਹ ਕਿਉਂ ਨੀ, ਉਹ ਜੇ ਕਮਾ ਰਹੇ ਨੇ, ਅਸੀਂ ਕੋਈ ਬੇਈਮਾਨੀ ਨਹੀਂ ਕਰਦੇ, ਅਸੀਂ ਸਾਹਮਣੇ ਸ਼ਰੇਆਮ ਲਿਆ ਕੇ ਕਹਿੰਦੇ ਆਹ ਖਲੋਤੀ ਜੀ ਗੱਡੀ ਕਰ ਲਓ ਪਵੈਸ਼। ਤੁਸੀਂ 3-5 ਸੈਂਟ ਪੈਸੇ ਦਿਆ, ਕਹਿੰਦੇ 8 ਸੈਂਕੜੇ ਅੱਗੇ ਲੈਂਦੇ ਹੋ, ਇਹ ਬੇਈਮਾਨੀ ਯਾਰ, ਕਾਹਦੀ ਬੇਈਮਾਨੀ ਇਹਦੇ 'ਚ? ਅਸੀਂ ਆਪਣੇ ਪੈਸੇ ਦੇ ਕੇ ਜਾਂਦੇ ਆ। ਮਤਲਬ ਤੁਸੀਂ ਉਧਰ ਰੋ ਰੋ ਕੇ ਦਿਖਾ ਕੇ ਲਿਆਉਂਦੇ ਹੋ? ਆਹੋ। ਅੱਛਾ ਅੱਗੇ ਜਾ ਕੇ ਤੇ ਅਸੀਂ ਆਪਣੀ ਮਰਜ਼ੀ ਨਾਲ ਵੇਚੀ, ਮੈਨੂੰ ਅੱਗੇ ਰੋ ਕੇ ਕਹਿੰਦੇ ਨੇ ਭਾਈ ਐਡੀ ਹੋ ਗਈ, ਉਹ ਜੋ ਮਰਜ਼ੀ ਕਰੀ ਯਾਰ, ਸਿਰਮੇ ਅਸੀਂ ਸਾਡਾ ਕੀ ਲਿੰਕ ਉਹਨਾਂ ਨਾਲ ਜੀ? ਅੱਛਾ ਸਿਰਮੇ ਉਹਨਾਂ ਨਾਲ ਸਾਡਾ ਕੋਈ ਲਿੰਕ ਨੀਗਾ। ਅੱਛਾ ਅਸੀਂ ਤੇ ਉੱਥੇ ਹੀ ਲਿੰਕ ਰੱਖਣਾ ਜਿੱਥੇ ਗੱਡੀ ਖਲੋਤੀ ਅੱਡੇ ਤੇ। ਅੱਛਾ ਅੱਡੇ ਤੇ ਪਵੈਸ਼ ਕਰਾਉਣੀ ਹੈ, ਅੱਡੇ ਦੀ ਪਵੈਸ਼ ਜਾ ਕੇ ਉੱਥੇ ਪਰਚੀ ਬਣਵਾ ਕੇ ਲੈ ਜਾਣੀ, ਤਾਂ ਐਫ ਆਰ ਪੈਸੇ ਆ ਦੇ ਆਉਣਾ ਪੈਸੇ ਸਾਡੇ। ਅਸੀਂ ਆਪਣੀ ਗੱਡੀ ਦੇ ਪੈਸੇ ਲੈਣੇ ਨੇ, ਜਿਹੜੀ ਬਜਰੀ ਆਏ ਉਹਦੇ ਪੈਸੇ ਲੈਣੇ, ਅਸੀਂ ਕਿਤੇ ਉਹਦੇ ਕੋਲ ਜਾ ਕੇ ਅਸੀਂ ਇਹ ਕਹਿਣਾ ਦੇ ਦੇ ਇਹਨੇ, ਉਹਦੇ ਉਹਨੇ ਮਾਲਕ ਨੇ ਉਹਨੇ ਵੇਚਣੀ ਹੈ ਨਾ ਜਿਹੜਾ ਲੈ ਕੇ ਗਿਆ। ਜੀ ਫਰੇਮ ਕਿਵੇਂ ਦਾ ਤੁਹਾਡੀ ਗੱਡੀ ਦਾ? ਫਰੇਮ ਹੈ ਘੋੜਾ। ਕਿਹੜਾ ਵੱਡਾ ਫਰੇਮ ਹੈ? ਪੱਟੀ ਫਰੀ ਹੈ, ਗਾਟਰ ਪੱਟੀਆਂ ਫਰੀਆਂ ਨੇ, ਗਾਟਰ ਸ਼ਰੀਫ ਨਹੀਂ, ਸਿੱਧਾ ਫਰੇਮ ਹੈ,
ਚੰਗਾ ਸਾਨ ਜਿਹਨੂੰ ਕਹਿੰਦੇ ਉਹ ਮਰਜ਼ੀ ਪਾਈ ਜਾਓ, ਪਰਵਾਹ ਕੋਈ ਨਹੀਂ ਫਲੇਮ ਨੂੰ। ਥੱਲੇ ਪੱਟੀ ਫਰੀ, ਉੱਤੇ ਪੱਟੀ ਫਰੀ। ਨੰਬਰ ਕਿੱਥੋਂ ਦਾ ਹੈਗਾ ਆਪਣਾ? ਇਹ ਸਾਡਾ ਨੰਬਰ ਆਇਆ ਡੇਰਾ ਇਸਮਾਇਲ ਖਾਂ। ਡੇਰਾ ਇਸਮਾਇਲ ਖਾਂ, ਇਹ ਤੇ ਆ ਗਿਆ ਫਰੰਟੀਅਰ 'ਚ ਆ ਗਿਆ। ਆਹੋ, ਫਰੰਟੀਅਰ ਦਾ ਨੰਬਰ ਤੁਹਾਡਾ? ਹਾਂਜੀ। ਅੱਛਾ, ਤੇ ਕਿੰਨੇ ਪੈਸੇ ਉਸਤਾਜ ਤੁਸੀਂ ਮੰਗ ਰਹੇ ਹੋ? ਅਸੀਂ ਤਾਂ 26 ਲੱਖ ਰੁਪਇਆ ਮੰਗਦੇ ਪਏ। ਅਸੀਂ ਤੇ ਆਪਣੇ ਮਜਬੂਰੀ ਹੈ, ਮੈਨੂੰ ਮੈਂ ਬੁੱਢਾ ਬੰਦਾ ਹੋ ਗਿਆ, ਮੇਰੇ ਕੋਲ ਕਿੱਥੇ ਚੱਲਦੀ ਗੱਡੀ? ਨਹੀਂ ਤੇ ਹੁਣ ਗੱਡੀ, ਬੱਚਾ ਚਲਾਉਣ ਵਾਲੇ ਹੋਵੇ ਤੇ ਚਲੋ ਕਹੀਏ ਠੀਕ ਹੈ, ਬੱਚਾ ਚਲਾਏਗਾ। ਅੱਛਾ, ਮਤਲਬ ਤੁਸੀਂ ਮਜਬੂਰੀ ਵਿੱਚ? ਹਾਂ, ਮਜਬੂਰੀ ਹੈ, ਮਜਬੂਰੀ ਹੈ ਹੀ, ਬੁੱਢਾ ਬੰਦਾ ਨਹੀਂ ਦੇਖਦਾ ਕੋਈ। ਹਨੇਰਾ ਜਿਹਾ ਹੋ ਗਏ, ਅੱਗੋਂ ਹਨੇਰਾ ਹਨੇਰਾ ਦੇਖਦਾ ਤੇ ਗੱਡੀ ਕੀ ਚਲਾ ਰਹੀ ਹੈ। ਮਜਬੂਰੀ ਤੇ ਉਸਤਾਦ ਜੀ, ਵੇਚ ਕੇ ਤੁਸੀਂ ਕੀ ਕਰੋਗੇ? ਕੋਈ ਦੁਕਾਨ ਪਾਵਾਂਗਾ ਪਰਚੂਨ ਪਹਚਾਣ ਦੀ, ਹੋਰ ਕੀ ਕਰਾਂਗੇ? ਅੱਛਾ, ਹੁਣ ਗੱਡੀ ਤੁਹਾਡੇ ਕੋਲ ਨਹੀਂ ਚੱਲਦੀ? ਨਹੀਂ, ਹੁਣ ਗੱਡੀ ਤੁਸੀਂ ਮਜਬੂਰੀ ਤੋਂ ਐਸ ਕੋ ਵੇਚਗਾ, ਤੁਸੀਂ ਬੁੱਢੇ ਹੋ ਗਏ। ਹਾਂ, ਬਸ ਕੋਈ ਮਜਬੂਰੀ ਨਹੀਂ? ਕੋਈ ਨਹੀਂ ਮਜਬੂਰੀ, ਅੱਲਾ ਦਾ ਸ਼ੁਕਰ। ਕੋਈ ਪਰੇਸ਼ਾਨੀ? ਨਾ ਨਾ, ਗੱਡੀ ਨੇ ਕੋਈ ਨਹੀਂ। ਗੱਡੀ ਘੋੜਾ ਹੈਗੀ ਤੁਹਾਡੀ? ਹਾਂ, ਇਨਸ਼ਾਅੱਲਾ। ਤੇ ਕਿਸ ਤਰ੍ਹਾਂ ਗੱਡੀ ਦੇਓਗੇ ਉਸਤਾਦ ਜੀ? ਤੁਸੀਂ ਇਹ ਕਿਸ਼ਤਾਂ ਤੇ ਦੇਓਗੇ, ਟਾਈਮ ਤੇ ਦੇਓਗੇ, ਜਾਂ ਕਿਦਾਂ ਦੇਓਗੇ? ਕੋਈ ਟਾਈਮ ਕਰ ਲਾਂਗਾ, 6 ਮਹੀਨਿਆਂ ਦਾ, ਹੋਰ ਕਿੰਨਾ ਕੁ ਵੱਧ ਨਹੀਂ ਕਰ ਸਕਦੇ ਨਾ। ਇਹ ਤੇ ਸਾਨੂੰ ਉਵੇਂ ਬਸ, ਅਸੀਂ ਤੇ ਹੁਣ ਬੁੱਢੇ ਹੋਏ ਪਏ ਨਹੀਂ, ਤੇ ਗੱਡੀ ਕਿੱਥੇ ਵੇਚਣੀ ਸੀ? ਅੱਕੀ ਸੱਚੀ ਦੱਸਣੀ ਉਸਤਾਦ ਜੀ, ਤੁਹਾਡੀ ਬਚਤ ਕਿੰਨੀ ਹੈਗੀ ਹੈ ਫੇਰੇ ਦੀ? ਬਚਤ ਸਾਡੀ ਹੈ ਕੋਈ 40-45 ਹਜ਼ਾਰ ਰੁਪਈਆ। 40-45 ਹਜ਼ਾਰ ਮਤਲਬ ਹੁਣ ਤੁਸੀਂ ਦੁਕਾਨ ਪਾਣੀ ਪਰਚੂਨ ਦੇ, ਮਤਲਬ ਕਿੰਨੇ 26 ਲੱਖ ਰੁਪਏ ਤੁਸੀਂ ਮੰਗ ਰਹੇ ਹੋ? ਚਲੋ ਬਾਜੀ, ਇਨਸ਼ਾਅੱਲਾ ਇਹ ਵੀਡੀਓ ਸਾਰੇ ਭਾਈ ਦੇਖਦੇ ਪਏ ਨੇ। ਇਹ ਗੱਡੀ ਹੈਗੀ ਉਸਤਾਦ ਦੀ, ਹੈ ਇੰਜਨ ਸਟੈਂਡਰਡ ਦਾ, ਮਰਸਡੀ ਗੇਅਰ ਹੈ, ਨਿਸ਼ਾਨ ਦੀ ਟੂਪ ਹੈ, ਫਰੇਮ ਹੈ, ਤੇ ਇਹ ਬਾਕੀ ਕਾਗਜ਼ਾਤ ਪੂਰੇ ਹੈਗੇ ਨੇ। ਹਾਂ, ਕਾਗਜ਼ ਪੂਰੇ ਨੇ, ਕੋਈ ਪਰੇਸ਼ਾਨੀ ਦੀ ਚੀਜ਼। ਬਾਬਾ ਜੀ, ਤੁਸੀਂ ਇਹ ਵੇਚ ਕੇ ਗੱਡੀ ਠੀਕ ਹੈ, ਫਿਰ 45-45 ਹਜ਼ਾਰ ਰੁਪਇਆ ਇਹ ਗੱਡੀ ਵਿਚਾਰੀ ਹੈ ਮੈਨੂੰ। ਅੱਛਾ, ਤੇ ਮੇਰਾ ਦਿਮਾਗ ਖਰਾਬ ਹੈ, 10 ਵੀਲਰ ਲੈ ਕੇ ਆਪਣੇ ਫਾਇਲ ਲਾਣੀ ਹੈ ਫਿਰ ਵੱਡੀ ਲਈਏ, ਇੰਨਾ ਕਰਜ਼ਾ ਲਈਏ, ਕਾਹਦੇ ਵਾਸਤੇ ਕਰੀਏ ਆਪਣੇ ਸਿਰ ਤੇ? ਇਹ ਫਿਰ ਉਹਦੇ ਤੋਂ ਚੰਗਾ ਇਹੀ ਗੱਡੀ ਠੀਕ ਹੈ ਜਿਹੜੀ ਆਪਣੇ ਕੋਲ ਹੈ, ਇਹ ਅਸੀਂ ਲਾਜ਼ਮ ਨੂੰ ਵੇਚਣੀ। ਸਾਨੂੰ ਨੀ ਲੱਗਦਾ ਉਹ ਬੇਕੂਫ ਹੈ ਜਿਹੜਾ ਬੰਦਾ ਇੰਨੇ ਪੈਸੇ ਲੈ ਆਪਣੀ ਗੱਡੀ ਘੱਟ ਹੀ ਵੇਚ ਕੇ ਪੈਂਟ ਲੈ ਲਿਆ, ਬੇਕੂਫ ਹੈ। ਨਹੀਂ, ਖੁਸ਼ਹਾਲੀ ਨਹੀਂ ਹੈਗੀ ਉਹਦੇ ਵਿੱਚ, ਖੁਸ਼ਹਾਲੀ ਕਰਦੀ ਹੈ। ਅੱਜ ਤੇ ਲੈ ਲਈ ਇਹਨੇ ਬੜੇ ਸ਼ੌਂਕ ਨਾਲ, ਕੋਈ 4 ਦਿਨ ਠਹਿਰ ਕੇ ਵੇਖੀ ਕੀ ਬਣਦਾ ਦੁਨੀਆ 'ਚ, ਕੀ ਪਤਾ ਲੱਗਦਾ, ਵਕਤ ਦਾ ਕੋਈ ਪਤਾ ਨਹੀਂ ਆ। ਰੱਬ ਦਾ ਸ਼ੁਕਰ ਹੈ ਇੰਨਾ ਹੈ, ਆਪਣਾ 45-40-45 ਜਿੰਨਾ ਵੱਧ ਜਾਵੇ ਘਰ ਹੀ ਆਉਂਦਾ ਨਾ, ਕਿਸੇ ਨੂੰ ਦੇਣਾ ਤਾਂ ਨਹੀਂ। 4 ਦਿਨਾਂ ਦਾ 40-45 ਹਜ਼ਾਰ ਵੱਧ ਜਾਂਦਾ। ਹਾਂ, ਅੱਲਾ ਦਾ ਸ਼ੁਕਰ, 4 ਦਿਨਾਂ ਫੇਰਾ ਲਾਈਦਾ, 12ਵੀਂ ਨੂੰ ਪਤਾ ਲੱਗਦਾ। ਅੱਲਾ ਦਾ ਸ਼ੁਕਰ ਹੈ, ਨਵੇਂ ਟਾਇਰ ਨੇ ਗੱਡੀ ਥੱਲੇ, ਕੋਈ ਪਰਵਾਹ ਨਹੀਂ ਜੀ। 10 ਵੀਲਰ ਤਾਂ ਥੱਲੇ, ਕਿਹੜੀ ਤਾਂ ਥੱਲੇ ਨਵੇਂ ਨੇ, ਕੋਈ 4 ਕੋਈ ਕਿਸੇ ਦੇ ਕੋਲ ਚੁੱਕ ਲਿਆਂਦੇ ਨੇ, 2 ਕਿਸੇ ਕੋਲ ਚੁੱਕ ਲਏ, ਉਹ ਟਾਇਰ ਪਾਏ ਨੇ ਅਗਲਿਆਂ ਨੇ, ਤੇ ਹੁਣ ਕਹੋ ਤੇ ਤੁਸੀਂ ਛੋਟੀ ਗੱਡੀ ਥੱਲੇ ਛਿੱਕਾ ਨਵਾਂ ਹੋਵੇ ਟਾਇਰਾਂ ਦਾ? ਤੁਹਾਡੇ ਦੇਖੋ ਉਸਤਾਦ ਜੀ, ਸਾਰੇ ਮਾਸ਼ਾਅੱਲਾ, ਅੱਲਾ ਦਾ ਸ਼ੁਕਰ ਹੈ, ਟਾਇਰ ਨਵੇਂ ਨੇ, ਆਪਾਂ ਨੂੰ ਕਾਹਦਾ ਫਿਕਰ ਹੈ। ਓਏ, ਕਰਮਾਲੀਆਂ ਤਾਂ ਐਵੇਂ ਦੇ ਹੁੰਦੇ, 10 ਵੀਲਰ ਦਾ ਥੱਲੇ ਤੇ ਪਾਟੇ ਪੂਟੇ ਵੀ ਪਾਏ ਹੁੰਦੇ, ਟੱਕ ਵਾਲੇ ਪਾਏ ਹੁੰਦੇ, ਕਦੇ ਉਹਨਾਂ ਵਿਚਾਰਿਆਂ ਕੋਲੋਂ ਟਾਇਰ ਲੈ ਲੈਂਦੇ ਬੈਡ ਬੋਲਦੇ। ਜੀ ਬਾਬਾ ਜੀ, ਮੇਰੀ ਸੁਣੋ ਗੱਲ, ਹਾਂਜੀ ਮੈਂ ਵੀ 10 ਰਹਿਣਾ, ਤੁਸੀਂ ਮੇਰੀ ਬਦਨਾਮੀ ਕਰ ਰਹੇ ਹੋ? ਬਦਨਾਮੀ ਕਰ ਰਹੇ, ਤੁਹਾਡੇ ਟਾਇਰ ਵੀ, ਤੁਹਾਡੇ ਵੀ ਪੁਰਾਣੇ ਹੋਏ। ਨਹੀਂ ਪੁੱਤਰ, ਤੇਰੇ ਨਵੇਂ ਟਾਇਰ ਨੇ, ਅਸੀਂ ਤੈਨੂੰ ਕਿਵੇਂ ਕਹਿ ਸਕਦੇ? ਤੁਸੀਂ ਫਿਰ ਕਹਿ ਰਹੇ ਕਿ 10 ਰੁਪਏ, ਤੇਰੀ ਤਾਂ ਘਰ ਦੀ ਗੱਡੀ ਹੈ ਯਾਰ। ਅੱਛਾ, ਤੇਰੀ ਤਾਂ ਸ਼ੁਰੂ ਤੋਂ ਘੱਟ ਹੀ ਗੱਡੀ, ਤੇ ਅਸੀਂ ਕਿਵੇਂ ਕਹਿ ਦੀ? ਬਈ ਉਹ ਜਾਪਾਨੀ ਚ ਤੇ ਏਸੀ ਵੀ ਲੱਗਾ ਹੁੰਦਾ। ਉਹ ਲੱਗਾ ਨਾ ਵੇ, ਏਸੀ ਨੂੰ ਕੀ ਅੱਗ ਲਾ ਲਈ ਹੁੰਦੀ ਗਰਮੀ, ਏਸੀ ਨਹੀਂ ਰੱਖ ਸਕਦਾ ਬੰਦਾ। ਅਸੀਂ ਤੇ ਭਾਈ ਇਹੀ ਮਸ਼ਵਰਾ ਸਾਡਾ, ਤੇ ਅਸੀਂ ਤੇ ਜਾਪਾਨੀ ਨਹੀਂ ਲੈਣਾ ਚਾਹੁੰਦੇ। ਲੋਕ ਮੈਨੂੰ ਕਈਆਂ ਨੇ ਕਹਿ ਚੁੱਕੇ ਆ, ਬਾਬਾ ਗੱਡੀ ਲੈ ਲਾ ਜਾਪਾਨੀ ਚੱਲ ਆਇਆ ਵੇਚ ਕੇ, ਉਹ ਮੇਰਾ ਦਿਮਾਗ ਖਰਾਬ, ਮੈਂ ਘਰ ਦੀ ਗੱਡੀ ਵੇਚ ਕੇ ਜਾਪਾਨੀ ਲੈ ਲਵਾਂ? ਉਹ ਜਾਪਾਨੀ ਵੇਚ ਕੇ ਲੈਣੀ ਹੈ, ਘਰ ਦੀ ਵੇਚ ਕੇ ਕਰਜ਼ਾ ਜਿਹੜਾ ਉੱਤੇ ਚਾੜਨਾ, ਉਹ ਕਿੱਥੋਂ ਲੈਣਾ, ਉਹ ਕਿੱਥੋਂ ਦੇਵਾਂਗੇ? ਅੱਗੇ ਕੰਮ ਚੱਲੇ ਨਾ ਚੱਲੇ, ਭੈਣ ਹੀ ਹੋਇਆ, ਕੀ ਪਤਾ ਕੀ ਬਣਦਾ ਅੱਗੇ, ਮੁਕਬਲਾ ਕੀ ਹੈ ਉਹ ਕੋਈ ਪਤਾ ਨਹੀਂ ਗਾ ਭਾਈ। ਕਰਜ਼ਾ ਕੌਣ ਲਾਏਗਾ? ਗੱਡੀ ਉਵੇਂ ਚਲੀ ਜਾਣੀ ਹੈ, ਮੁੜ ਕੇ ਵੇਖਦੇ ਰਹਾਂਗੇ ਗੱਡੀ ਕਿੱਧਰੋਂ ਗਈ। ਆਪ ਫਿਰ ਲਗਾ ਜਾਣਾ ਚੁੱਪ ਕਰਕੇ, ਉੱਥੇ ਹੀ ਖਾ ਲਓ, ਬਹੁਤੀ ਦੁਨਾ ਮਾਰੋ, ਬਹੁਤੀ
थोड़ी खाते खाते बहुती तो थोड़ी तो भी चाहते जी। वो की फायदा जी घर की गड्डी अपने पैसे कमा रही है उही बड़े ने थोड़े खा लो बहुत लेंदा नहीं लेंदा की पता लगता गड्डी असी ले लिए वड्डी वो छोटी तो भी चाहिए तो वड्डी तो बची जाए उवें कही जाते बचता लख रुपया बचता तो ओदा साबला वह कितने जाता लख का दो तो कह रहे मैं लख रुपया बचता है लख जाएगा कितने भी तो सोचो और जो कोई कम निकलिया लम्मा लख तो भी उत्ते निकलिया तो की करेगा तू बाबा जी बहुत शुक्रिया।